ਤਾਂ 2023 ਔਰ 24 ਦੇ ਵਿੱਚ 1000 ਮਰਦਾਂ ਦੇ ਪਿੱਛੇ 918 ਤੇ ਪਹੁੰਚੀ ਹੈ ਗਿਣਤੀ। ਤਾਂ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ ਦੱਸ ਦਈਏ ਕਿ ਲਿੰਗ ਅਨੁਪਾਤ ਦੇ ਵਿੱਚ ਸੁਧਾਰ ਹੋਇਆ ਹੈ, 9 ਜ਼ਿਲ੍ਹਿਆਂ ਦੇ ਲਿੰਗ ਅਨੁਪਾਤ ਦੇ ਵਿੱਚ ਗਿਰਾਵਟ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ। ਕਪੂਰਥਲਾ ਦੇ ਵਿੱਚ 992 ਅੰਕਾਂ ਦੇ ਨਾਲ ਕਪੂਰਥਲਾ ਟੌਪ ਤੇ ਰਿਹਾ, ਯਾਨੀ ਕਿ ਸਭ ਤੋਂ ਜ਼ਿਆਦਾ ਔਰਤਾਂ ਨੇ ਮਰਦਾਂ ਦੇ ਪਿੱਛੇ। ਤਾਂ ਮਲੇਰਕੋਟਲਾ 922 ਤੋਂ 961 ਅੰਕ ਤੇ ਪਹੁੰਚ ਗਿਆ ਹੈ, ਇੱਥੇ ਵੀ ਜਿਹੜੀ ਗਿਣਤੀ ਹੈ ਉਹ ਵਧੀ ਹੈ। ਮੋਹਾਲੀ ਚੋਟੀ ਤੇ 13ਵੇਂ ਨੰਬਰ ਤੇ ਹੈ, 13ਵੇਂ ਨੰਬਰ ਤੇ ਡਿੱਗਿਆ ਹੈ। ਤਾਂ ਸੰਗਰੂਰ ਦੂਜੀ ਪੋਜੀਸ਼ਨ ਤੇ 18ਵੇਂ ਨੰਬਰ ਤੇ ਡਿੱਗਿਆ ਹੈ, ਯਾਨੀ ਕਿ ਇਸ ਤਰੀਕੇ ਦੇ ਨਾਲ ਇਹ ਪੋਜੀਸ਼ਨ ਜਿਹੜੀ ਹੈ ਵੇਖਣ ਨੂੰ ਮਿਲੀ ਹੈ। ਤਾਂ ਦਿਖਾ ਰਿਹਾ ਕਪੂਰਥਲਾ ਦੇ ਵਿੱਚ 942 2022 ਔਰ 23 ਦੇ ਵਿੱਚ ਸੀ, ਪਰ ਉਸ ਤੋਂ ਬਾਅਦ ਹੁਣ 2023-24 ਦਾ ਅੰਕੜਾ ਫਰਕ ਦੇ ਨਾਲ ਹੈ। ਫਾਜ਼ਿਲਕਾ 'ਚ 926 ਅਸੀਂ ਤਾਂ 952 ਹੋਇਆ, ਰੋਪੜ ਦੇ ਵਿੱਚ 945 ਹੋਇਆ 924 ਤੋਂ ਵੱਧ ਕੇ। ਇਸੇ ਤਰੀਕੇ ਜੇਕਰ ਮੁਕਤਸਰ ਦੀ ਗੱਲ ਕੀਤੀ 15 ਤੋਂ 933 ਹੋਇਆ, ਹੁਸ਼ਿਆਰਪੁਰ 'ਚ 923 ਤੋਂ 926, ਲੁਧਿਆਣਾ 'ਚ 898 ਤੋਂ 921, ਇੱਥੇ ਕਾਫੀ ਅਸੀਂ ਕਹਿ ਸਕਦੇ ਹਾਂ ਗਿਣਤੀ ਦੇ ਵਿੱਚ ਵਾਧਾ ਹੋਇਆ। ਫਿਰੋਜ਼ਪੁਰ 'ਚ 883 ਤੋਂ 912, 899 ਤੋਂ 912 ਫਰੀਦਕੋਟ, ਅੰਮ੍ਰਿਤਸਰ 'ਚ 901 ਤੋਂ 909, ਬਰਨਾਲਾ 'ਚ 883 ਤੋਂ ਜਿਹੜਾ ਹੈ ਉਹ ਅੰਕੜਾ ਵੱਧ ਕੇ 888 ਹੋਇਆ। ਗੁਰਦਾਸਪੁਰ ਦੇ ਵਿੱਚ 885 ਤੋਂ ਅੰਕੜਾ ਵੱਧ ਕੇ 888 ਹੋਇਆ, ਤਾਂ ਇੱਥੇ ਵੀ 3 ਨੰਬਰ ਤੋਂ ਹੀ ਅੱਗੇ। ਇਸੇ ਤਰੀਕੇ ਜਲੰਧਰ ਦੇ ਵਿੱਚ 951 ਤੋਂ 918, ਬਠਿੰਡਾ 'ਚ 932 ਤੋਂ 917, ਇੱਥੇ ਅੰਕੜਾ ਡਿੱਗਿਆ ਹੈ। ਮੋਹਾਲੀ ਦੇ ਵਿੱਚ ਵੀ 963 ਤੋਂ 916 ਰਿਹਾ ਅੰਕੜਾ, ਇੱਥੇ ਵੀ ਅੰਕੜਾ ਡਿੱਗਿਆ ਹੈ। ਤਾਂ ਕੁੱਲ ਮਿਲਾ ਕੇ ਓਵਰਆਲ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ, ਲਿੰਗ ਅਨੁਪਾਤ ਦੇ ਵਿੱਚ 3 ਨੰਬਰ 'ਤੇ ਜਿਹੜਾ 2 ਨੰਬਰ 'ਤੇ ਸੁਧਾਰ ਹੋਇਆ ਹੈ। ਪਰ ਜੇਕਰ ਅਸੀਂ ਜ਼ਿਲ੍ਹਿਆਂ ਦੇ ਵਾਈਜ਼ ਦੇਖਦੇ ਹਾਂ ਤਾਂ ਬਠਿੰਡਾ ਔਰ ਮੋਹਾਲੀ ਦੇ ਵਿੱਚ ਗਿਰਾਵਟ ਆਈ ਹੈ, ਯਾਨੀ ਕਿ ਇਹ ਅੰਕੜਾ ਹੈ ਕਿ ਕਿੰਨੇ ਮਰਦਾਂ ਦੇ ਪਿੱਛੇ ਕਿੰਨੀਆਂ ਕੁੜੀਆਂ ਨੇ। ਜੇਕਰ ਨਵਾਂਸ਼ਹਿਰ ਦਾ ਜ਼ਿਕਰ ਕਰੀਏ, 917 ਤੋਂ ਅੰਕੜਾ 916 ਰਿਹਾ, ਇੱਥੇ ਵੀ ਗਿਰਾਵਟ ਹੈ। ਤਰਨ ਤਾਰਨ ਦੇ ਵਿੱਚ 933 ਤੋਂ 897, ਇੱਥੇ ਵੀ ਕਾਫੀ ਹੱਦ ਤੱਕ ਗਿਰਾਵਟ ਵੇਖਣ ਨੂੰ ਮਿਲੀ ਹੈ। ਸੰਗਰੂਰ ਦੇ ਵਿੱਚ ਵੀ ਇਹ ਅੰਕੜਾ 952 ਤੋਂ 909 ਰਿਹਾ, ਯਾਨੀ ਕਿ ਇੱਥੇ ਵੀ ਕੁੜੀਆਂ ਜਿਹੜੀਆਂ ਔਰਤਾਂ ਨੇ ਉਹ ਘੱਟ ਹੋਈਆਂ ਨੇ 2022-23 ਦੇ ਮੁਕਾਬਲੇ 2023-24 ਦੇ ਵਿੱਚ। ਤਾਂ ਇਹ ਅੰਕੜਾ ਆਪਣੇ ਆਪ ਦੇ ਵਿੱਚ ਬਿਆਨ ਕਰ ਰਿਹਾ ਔਰ ਵੱਖੋ ਵੱਖ ਜ਼ਿਲ੍ਹਿਆਂ ਦੀ ਵੱਖੋ ਵੱਖ ਰਿਪੋਰਟ ਹੈ। ਕਪੂਰਥਲਾ ਸਭ ਤੋਂ ਮੋਹਰੇ ਹੈ, ਯਾਨੀ ਕਿ ਉੱਥੇ ਸੁਧਾਰ ਹੋਇਆ ਹੈ ਮਹਿਲਾਵਾਂ ਦੀ ਗਿਣਤੀ ਦੇ ਵਿੱਚ। ਔਰ ਪਠਾਨਕੋਟ ਦਾ ਜ਼ਿਕਰ ਕੀਤਾ ਜਾਏ, 902 ਤੋਂ ਵੱਧ ਕੇ 864, ਇੱਥੇ ਵੀ ਗਿਰਾਵਟ ਹੋਈ ਹੈ। ਪਟਿਆਲਾ ਦੇ ਵਿੱਚ 928 ਤੋਂ ਘੱਟ ਕੇ 922, ਇੱਥੇ ਵੀ ਇਸ ਜ਼ਿਲ੍ਹੇ ਦੇ ਵਿੱਚ ਵੀ ਗਿਰਾਵਟ ਵੇਖਣ ਨੂੰ ਮਿਲੀ ਹੈ। ਮਾਨਸਾ ਦੇ ਵਿੱਚ ਵੀ 909 ਤੋਂ ਘੱਟ ਕੇ ਅੰਕੜਾ ਜਿਹੜਾ ਹੈ ਉਹ 893 ਹੋਇਆ। ਤਾਂ ਮਾਨਸਾ, ਪਠਾਨਕੋਟ, ਪਟਿਆਲਾ, ਬਠਿੰਡਾ, ਇਸ ਤੋਂ ਇਲਾਵਾ ਸੰਗਰੂਰ, ਇਹ 5 ਜ਼ਿਲ੍ਹੇ ਨੇ ਜਿੱਥੇ ਕਿ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਬਾਕੀਆਂ ਦੇ ਵਿੱਚ ਬੇਸ਼ੱਕ ਜਲੰਧਰ ਦੇ ਵਿੱਚ ਵੀ 951 ਤੋਂ 918 ਹੋਇਆ, ਇੱਥੇ ਵੀ ਗਿਰਾਵਟ ਜਿਹੜੀ ਹੈ ਜ਼ਿਲ੍ਹੇ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ। ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗਿਰਾਵਟ ਹੈ ਜਿਹੜੇ ਅਸੀਂ ਜ਼ਿਲ੍ਹੇ ਤੁਹਾਨੂੰ ਇਸ ਵੇਲੇ ਸਕਰੀਨ 'ਤੇ ਦਿਖਾ ਰਹੇ ਹਾਂ। ਨਵਾਂਸ਼ਹਿਰ ਦੇ ਵਿੱਚ ਵੀ ਗਿਰਾਵਟ ਹੈ, ਤਰਨ ਤਾਰਨ ਦੇ ਵਿੱਚ ਵੀ ਗਿਰਾਵਟ ਹੈ, ਸੰਗਰੂਰ ਦੇ ਵਿੱਚ ਵੀ ਗਿਰਾਵਟ ਹੈ, ਔਰ ਇਸ ਤੋਂ ਇਲਾਵਾ ਮਾਨਸਾ, ਪਠਾਨਕੋਟ, ਪਟਿਆਲਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ। ਯਾਨੀ ਕਿ ਜਿਹੜੀ ਗਿਣਤੀ ਔਰਤਾਂ ਦੀ ਪਹਿਲਾਂ ਦੇ ਨਾਲੋਂ ਘਟੀ ਹੈ, ਔਰ ਸੁਭਾਵਿਕ ਤੌਰ 'ਤੇ ਪਿਛਲੇ ਸਮਿਆਂ 'ਚ ਬੇਹਦ ਹੀ ਜ਼ਿਆਦਾ ਨੰਬਰ ਹੈਰਾਨੀ ਵਾਲੇ ਸਨ। ਪਰ 2022 'ਤੇ ਇਹਦਾ ਜ਼ਿਕਰ ਕੀਤਾ ਜਾਏ, ਪੂਰੇ ਪੰਜਾਬ ਦੇ ਵਿੱਚ 916 ਤੋਂ 918 ਅੰਕੜਾ ਆਇਆ ਹੈ, ਕਿਉਂਕਿ ਓਵਰਆਲ ਜੇਕਰ ਪੰਜਾਬ ਦੀ ਗੱਲ ਕਰਦੇ